ਅਗਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਸਾਡਾ ਟ੍ਰੈਂਡਿੰਗ ਪੰਜਾਬ ਫੇਸਬੁੱਕ ਪੇਜ ਲਾਈਕ ਕਰੋ ਤੇ ਇਹ ਵੀਡੀਓ ਅਗਰ ਤੁਸੀਂ ਯੂਟਿਊਬ ਚੈਨਲ ਤੇ ਦੇਖ ਰਹੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਸਾਡੀ ਹਰ ਵੀਡੀਓ ਦੇਖ ਸਕੋ। ਸ਼ਹੀਦ ਦੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਜ਼ਿੰਦਗੀ ਨੂੰ ਕਹਿੰਦੇ। ਸ਼ਹੀਦ ਦੀ ਜਿਹੜੀ ਮੌਤ ਹੈ ਉਹ ਕੌਮ ਨੂੰ ਜ਼ਿੰਦਾ ਕਰ ਜਾਂਦੀ ਹੈ। ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ। ਲੋਕ ਪੈਦਾ ਹੁੰਦੇ ਆ, ਲੋਕ ਮਰ ਜਾਂਦੇ ਆ, ਪਰ ਤਵਾਰੀਖ ਦੇ ਵਿੱਚ ਕੁਛ ਐਸੇ ਲੋਕ ਵੀ ਹੁੰਦੇ ਆ ਜੋ ਆਪਦੀ ਜ਼ਿੰਦਗੀ ਦੇ ਵਿੱਚ ਕੁਛ ਐਸੇ ਕਾਰਨਾਮੇ ਕਰ ਜਾਂਦੇ ਆ, ਆਪਦੀ ਕੌਮ ਦੀ ਖਾਤਰ, ਆਪਦੇ ਮੁਲਕ ਦੀ ਖਾਤਰ। ਲੋਕ ਆਉਂਦੇ ਜ਼ਰੂਰ ਹੈ ਪਰ ਉਹ ਫਿਰ ਜਾਂਦੇ ਨਹੀਂ, ਅਮਰ ਹੋ ਜਾਂਦੇ, ਸ਼ਹੀਦ ਹੋ ਜਾਂਦੇ। ਔਰ ਉਹ ਜਿਹੜੀ ਹਿੰਦੁਸਤਾਨ ਦੀ ਫੌਜ ਹੈ, ਇਸ ਫੌਜ ਦਾ ਜੇ ਕੋਈ ਸਰਤਾਜ ਹੈ, ਕੋਈ ਸਰਚਸ਼ਮਾ ਹੈ ਇਸ ਹਿੰਦੁਸਤਾਨ ਦੀ ਫੌਜ ਦਾ, ਭਾਰਤੀ ਫੌਜ ਦਾ, ਤਾਂ ਉਹ ਸਿੱਖ ਰਚਨਾ ਹੈ। ਔਰ ਇਹ ਗੱਲ ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਜਾਂ ਪੰਜਾਬੀ ਸ਼ੋਖਾਬਾਜ਼ੀ ਦਾ ਇਹ ਗੱਲ ਨਹੀਂ ਕਹਿ ਰਿਹਾ। ਤੁਸੀਂ ਇਤਿਹਾਸ ਪਰੋਲ ਲਓ, ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ, ਜੇ ਸਭ ਤੋਂ ਜ਼ਿਆਦਾ ਬਹਾਦਰੀ ਲਈ ਕੋਈ ਤਗਮੇ ਮਿਲੇ ਹੈ, ਜੇ ਸਭ ਤੋਂ ਜ਼ਿਆਦਾ ਕੋਈ ਕੁਰਬਾਨੀ ਕਿਸੇ ਫੌਜ ਨੇ ਕੀਤੀ ਹੈ, ਤਾਂ ਉਹ ਭਾਰਤ ਦੀ ਜਿਹੜੀ ਸਿੱਖ ਰੈਜੀਮੈਂਟ ਹੈ ਇਹ ਸਾਡੇ ਹਿੱਸੇ ਆਇਆ ਹੈ। ਔਰ ਇਹ ਜਿਹੜੀਆਂ ਖੂਬੀਆਂ ਹੁੰਦੀਆਂ ਵਤਨ ਲਈ ਕੁਰਬਾਨ ਹੋਣ ਦੀਆਂ ਖੂਬੀਆਂ, ਇਹ ਹੱਟੀਆਂ ਤੇ ਨਹੀਂ ਮਿਲਦੀਆਂ, ਇਹ ਬਾਜ਼ਾਰਾਂ ਚੋਂ ਮੁੱਲ ਲੈ ਕੇ ਨਹੀਂ ਮਿਲਦੀਆਂ, ਇਹ ਵਾਹਿਗੁਰੂ ਦੀ ਨੁਸਰਤ ਨਾਲ ਮਿਲਦੀਆਂ। ਔਰ ਮੈਂ ਅੱਜ ਇਹ ਗੱਲ ਜ਼ਰੂਰ ਕਹੂੰਗਾ ਕਿ ਇੱਕ ਡਾਕਟਰ ਦੀ ਮਾਂ ਜਦੋਂ ਆਪਣੇ ਬੇਟੇ ਨੂੰ ਸਵੇਰੇ ਆਪਦੇ ਘਰੋਂ ਵਿਦਾ ਕਰਦੀ ਹੈ ਤਾਂ ਡਾਕਟਰ ਦੀ ਮਾਂ ਆਪਦੇ ਬੱਚੇ ਨੂੰ ਸੀਸਾ ਦਿੰਦੀ ਹੈ, ਦੁਆਵਾਂ ਦਿੰਦੀ ਹੈ ਕਿ ਮੇਰਾ ਬੱਚਾ ਅੱਜ ਜਾ ਕੇ ਦੁਨੀਆ ਦਾ ਭਲਾ ਕਰਕੇ ਆਊਗਾ। ਇੱਕ ਵਕੀਲ ਦੀ ਮਾਂ ਜਦੋਂ ਆਪਣੇ ਬੱਚੇ ਨੂੰ ਸਵੇਰੇ ਸਵੇਰੇ ਵਿਦਾ ਕਰਦੀ ਹੈ ਤਾਂ ਮਾਂ ਅਰਦਾਸਾਂ ਕਰਦੀ ਹੈ, ਦੁਆਵਾਂ ਦਿੰਦੀ ਹੈ ਕਿ ਮੇਰਾ ਬੱਚਾ ਅੱਜ ਨਾ ਕਮਾ ਕੇ ਆਊਗਾ, ਸ਼ੋਹਰਤ ਕਮਾ ਕੇ ਆਊਗਾ। ਪਰ ਇੱਕ ਫੌਜੀ ਦੀ ਮਾਂ ਜਦੋਂ ਆਪਣੇ ਬੱਚੇ ਨੂੰ ਵਿਦਾ ਕਰਦੀ ਹੈ ਤੇ ਦੁਆਵਾਂ ਦਿੰਦੀ ਹੈ ਜਦੋਂ ਘਰੋਂ ਜਾਂਦੇ ਹੈ, ਤੇ ਉਹਨਾਂ ਅਰਦਾਸਾਂ ਦੇ ਵਿੱਚ ਇੱਕ ਦਿਲ ਦੇ ਕਿਸੇ ਕੋਨੇ ਦੇ ਵਿੱਚ ਇੱਕ ਛੋਟਾ ਜਿਹਾ ਡਰ ਵੀ ਹੁੰਦਾ ਹੈ ਕਿ ਜਿਹੜਾ ਮੇਰਾ ਬੱਚਾ ਹੈ ਇਹ ਹੁਣ ਘਰੇ ਵਾਪਸ ਨਹੀਂ ਆਊਗਾ। ਔਰ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਮਾਈਕ ਦੇ ਅੱਗੇ ਖੜਾ ਹੋਣ ਦਾ ਜਿਹੜਾ ਮੇਰਾ ਮਕਸਦ ਹੈ, ਇਹ ਕੋਈ ਤਕੱਲਫ ਦਾ ਤਕਾਜ਼ਾ ਨਹੀਂ, ਇੱਕ ਫਰਜ਼ ਦੀ ਅਦਾਇਗੀ ਹੈ। ਮੈਂ ਉਹਨਾਂ ਮਾਵਾਂ ਨੂੰ, ਰਾਣੀ ਕੌਰ ਨੂੰ, ਮੈਂ ਉਹਨਾਂ ਧੀਆਂ ਨੂੰ, ਜਸਪ੍ਰੀਤ ਕੌਰ ਨੂੰ ਮੈਂ ਪ੍ਰਣਾਮ ਕਰਕੇ ਜਾਊਂਗਾ ਜਿਨ੍ਹਾਂ ਨੇ ਆਪਦੇ ਦਿਲ ਦੇ ਟੋਟਿਆਂ ਨੂੰ, ਜ਼ਿਗਰ ਦੇ ਟੋਟਿਆਂ ਨੂੰ ਚਿਖਾ ਦੇ ਵਿੱਚ ਰੱਖ ਕੇ, ਜਿਨ੍ਹਾਂ ਨੇ ਆਪਦੇ ਪਿਆਰਿਆਂ ਨੂੰ ਚਿਖਾ ਦੇ ਵਿੱਚ ਰੱਖ ਕੇ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ, ਮੈਂ ਉਹਨਾਂ ਮਾਵਾਂ ਤੇ ਉਹਨਾਂ ਧੀਆਂ ਨੂੰ ਪ੍ਰਣਾਮ ਕਰਦਾ। ਲੈਸ ਨਾਇਕ ਕੁਲਦੀਪ ਸਿੰਘ ਦੇ ਜਾਣ ਨਾਲ ਸਾਨੂੰ ਇੱਕ ਮੌਕਾ ਜ਼ਰੂਰ ਮਿਲ ਗਿਆ। ਜਿਹੜੇ ਪੰਜਾਬ ਦੇ ਲੋਕ ਹੈ, ਜਿਹੜੇ ਵੱਖਰੀਆਂ ਵੱਖਰੀਆਂ ਸਿਆਸੀ ਜਮਾਤਾਂ ਦੇ ਅੱਜ ਲੀਡਰ ਬੈਠੇ ਹੈ, ਸਾਨੂੰ ਇਕੱਠੇ ਬਹਿ ਕੇ ਗੱਲਾਂ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ। ਔਰ ਮੈਂ ਇਸ ਮੌਕੇ ਤੇ ਕਹੂੰਗਾ ਕਿ ਲੈਸ ਨਾਇਕ ਕੁਲਦੀਪ ਸਿੰਘ ਦੇ ਅੱਜ ਇਸ ਭੋਗ ਨੂੰ ਤੁਸੀਂ ਗਵਾਹ ਮੰਨ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਅੱਜ ਗਵਾਹ ਰੱਖ ਲਓ। ਕਿਸੇ ਨੂੰ ਕਿਸੇ ਦਾ ਨਾਂ ਚੰਗਾ ਨਹੀਂ ਲੱਗਦਾ, ਕਿਸੇ ਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ, ਕਿਸੇ ਦਾ ਕੰਮ ਚੰਗਾ ਨਹੀਂ ਲੱਗਦਾ। ਵੱਖਰੀਆਂ ਵੱਖਰੀਆਂ ਸਿਆਸੀ ਜਮਾਤਾਂ ਦੇ ਲੋਕ ਹੈ, ਪਰ ਸਾਨੂੰ ਪੰਜਾਬ ਤਾਂ ਚੰਗਾ ਲੱਗਦਾ, ਸਾਨੂੰ ਹਿੰਦੁਸਤਾਨ ਤਾਂ ਚੰਗਾ ਲੱਗਦਾ। ਤੁਹਾਨੂੰ ਕੁਲਦੀਪ ਸਿੰਘ ਦੇ ਲਹੂ ਦੀ ਸੁਣ ਲੱਗੇ, ਅੱਜ ਦੇ ਦਿਨ ਨੂੰ ਤੁਸੀਂ ਗਵਾਹ ਰੱਖ ਲਓ ਤੇ ਮੇਰੇ ਨਾਲ ਤੁਸੀਂ ਕਸਮ ਪਾਓ, ਅਜ਼ਮ ਕਰੋ ਕਿ ਅਸੀਂ ਆਪਦੇ ਮੁਲਕ ਦੇ ਵਿੱਚੋਂ ਅਸੀਂ ਰਿਸ਼ਵਤ, ਗੁਰਬਤ,
ਅਨਪੜਤਾ, ਬੇਰੁਜ਼ਗਾਰੀ, ਨਸ਼ਾਖੋਰੀ ਤੇ ਵਤਨ ਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਧਨ ਦੀ ਬਾਜ਼ੀ ਲਾਵਾਂਗੇ। ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਵਧੇ ਤੇ ਫੁੱਲੇ, ਦੇਸ਼ ਤਰੱਕੀ ਕਰੇ, ਇਸ ਤੋਂ ਵੱਧ ਸਾਨੂੰ ਦੇਸ਼ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਅੱਜ ਇਹ ਕਸਮ ਖਾ ਕੇ ਇੱਥੋਂ ਵੱਡੀ ਸ਼ਰਧਾਂਜਲੀ ਫੌਜ ਨੂੰ ਕੋਈ ਹੋ ਨਹੀਂ ਸਕਦੀ ਕਿ ਸਾਰਾ ਪੰਜਾਬ ਇਸ ਗੱਲ ਤੇ ਇਕੱਠਾ ਹੋ ਗਿਆ। ਕੋਈ ਮੌਕੇ ਹੁੰਦੇ ਆ ਇਕੱਠੇ ਹੋਣ ਦੇ। ਮੇਰੇ ਦਾਦਾ ਜੀ ਮਹਿਰੂਮ, ਰੱਬ ਉਹਨਾਂ ਨੂੰ ਜੰਨਤਾਂ ਚ ਥਾਂ ਬਖਸ਼ੇ, ਮੈਨੂੰ ਇੱਕ ਗੱਲ ਕਿਹਾ ਕਰਦੇ ਸੀ ਕਿ ਮਨਪ੍ਰੀਤ ਕਫਨ ਦੇ ਜੇਬ ਨਹੀਂ ਹੁੰਦੀ ਤੇ ਪਤਾ ਨਹੀਂ। ਆਪਾਂ ਰੋਜ਼ ਨਿਤਨੇਮ ਕਰਦੇ ਹਾਂ, ਰੋਜ਼ ਅਰਦਾਸ ਕਰਦੇ ਹਾਂ, ਰੋਜ਼ ਪਾਠ ਕਰਦੇ ਹਾਂ, ਗੰਗਾ ਨਹਾਉਣ ਜਾਂਦੇ ਹਾਂ, ਤੀਰਥਾਂ ਤੇ ਜਾਂਦੇ ਹਾਂ। ਪਤਾ ਨਹੀਂ ਰੱਬ ਨੇ ਸਾਡੀਆਂ ਅਰਦਾਸਾਂ ਮਨਜ਼ੂਰ ਕਰਨੀਆਂ ਕਿ ਨਹੀਂ, ਰੱਬ ਨੇ ਸਾਡੇ ਤੀਰਥ ਮਨਜ਼ੂਰ ਕਰਨੇ ਆ ਕਿ ਨਹੀਂ। ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਘਰੋਂ ਨਿਕਲਿਆ ਕਰੋ ਕਿਸੇ ਬੰਦੇ ਦੇ ਅਰਥ ਆ ਜਾਓ, ਕਿਸੇ ਗਰੀਬ ਦਾ, ਕਿਸੇ ਗਰਜ਼ਮੰਦ ਦੀ, ਕਿਸੇ ਦਰਦਮੰਦ ਦਾ, ਕਿਸੇ ਬਿਮਾਰ ਦਾ ਕੋਈ ਫਾਇਦਾ ਕਰ ਜਾਓ। ਤੇ ਜਦੋਂ ਰੱਬ ਦੀ ਕਚਹਿਰੀ ਚ ਜਾਵਾਂਗੇ ਤੇ ਰੱਬ ਦੀ ਕਚਹਿਰੀ ਦੇ ਵਿੱਚ ਉੱਥੇ ਪਤਾ ਨੀ ਕਿਹੜੇ ਕਿਹੜੇ ਕੀੜੀਆਂ ਵੀ ਹੋਣਗੀਆਂ, ਉੱਥੇ ਚਿੜੀਆਂ ਵੀ ਹੋਣਗੀਆਂ, ਉੱਥੇ ਕੁੱਤੇ ਵੀ ਹੋਣਗੇ। ਔਰ ਰੱਬ ਦੀ ਕਚਹਿਰੀ ਚ ਪਤਾ ਨੀ ਰੱਬ ਨੇ ਸਾਡੀਆਂ ਅਰਦਾਸਾਂ ਮਨਜ਼ੂਰ ਕਰਨੀਆਂ ਕਿ ਨਹੀਂ, ਪਰ ਉਹ ਕੀੜੀਆਂ ਦੀ, ਉਹ ਚਿੜੀਆਂ ਦੀ ਗਵਾਹੀ ਪੈ ਜਾਂਦੀ ਜਿਹੜੀਆਂ ਗਲੀਆਂ ਚ ਤੁਰੀਆਂ ਫਿਰਦੀਆਂ। ਔਰ ਉਹ ਕਹਿਣਗੀਆਂ ਕਿ ਰੱਬਾ, ਅਸੀਂ ਇਸ ਬੰਦੇ ਨੂੰ ਦੇਖਦੇ ਹੁੰਦੇ ਸੀ, ਇਹ ਬੰਦਾ ਸਵੇਰੇ ਉੱਠ ਕੇ ਤੇਰੀ ਮਖਲੂਕ ਦਾ ਕਿਸੇ ਗਰਜ਼ਮੰਦ ਦੀ ਗਰਜ਼ ਪੂਰੀ ਕਰਦਾ ਸੀ। ਅੱਜ ਇਸ ਮੌਕੇ ਤੇ ਆਪਾਂ ਇਹ ਵੀ ਅਜ਼ਮ ਕਰੀਏ, ਆਪਾਂ ਇਸ ਕਿਸਮ ਦੀ ਜ਼ਿੰਦਗੀ, ਇਸ ਕਿਸਮ ਦਾ ਕਿਰਦਾਰ ਜਿਹੜਾ ਉਹ ਅਖਤਿਆਰ ਕਰੀਏ, ਜਿਹਦੇ ਨਾਲ ਜਿਹੜੇ ਰੱਬ ਦੇ ਬੰਦੇ ਹੈ ਅਸੀਂ, ਸਾਡੀ ਜ਼ਿੰਦਗੀ ਬਾ ਮਕਸਦ ਹੋਣੀ ਚਾਹੀਦੀ ਹੈ, ਭਾਵੇਂ ਮੁਲਕ ਦੀ ਖਾਤਰ, ਭਾਵੇਂ ਸਮਾਜ ਦੀ ਖਾਤਰ। ਇਹ ਨਾ ਹੋਵੇ ਕਿ ਸਾਡੇ ਹਿੱਸੇ ਆਵੇ, ਇਹ ਸਾਡੇ ਹਿੱਸੇ ਆਊਗਾ, ਕਿ ਅਸੀਂ ਬਿਮਾਰ ਹੋਵਾਂਗੇ, ਅਸੀਂ ਬੁੱਢੇ ਹੋਵਾਂਗੇ, ਬਜ਼ੁਰਗ ਹੋਵਾਂਗੇ ਤੇ ਫਿਰ ਸਾਡੀ ਮੌਤ ਆਊਗੀ। ਇਹ ਲੈਸ ਲਾਇਕ ਕੁਲਦੀਪ ਸਿੰਘ ਦੇ ਹਿੱਸੇ ਨਹੀਂ ਆਇਆ। ਕਦੇ ਬਜ਼ੁਰਗ ਨਹੀਂ ਹੋਣਾ, ਕਦੇ ਬਿਮਾਰ ਨਹੀਂ ਹੋਣਾ। ਤੇ ਜਦੋਂ ਤਾਈ ਹਿੰਦੁਸਤਾਨ ਵਜੂਦ ਦੇ ਵਿੱਚ ਹੈ, ਹਿੰਦੁਸਤਾਨ ਦੇ ਲੋਕ ਯਾਦ ਰੱਖਣਗੇ। ਮੈਂ ਅੱਜ ਇਸ ਮੌਕੇ ਤੇ ਔਰ ਬਹੁਤ ਸਾਰੀਆਂ ਗੱਲਾਂ ਮੈਥੋਂ ਪਹਿਲਾਂ ਬੋਲਦਿਆਂ ਸਿਆਸੀ ਲੀਡਰਾਂ ਨੇ ਕਹੀਆਂ, ਕੁਰਬਾਨੀ ਜਿਹੜੀ ਹੁੰਦੀ ਹੈ, ਸ਼ਹਾਦਤ ਹੁੰਦੀ ਹੈ, ਉਹਨੂੰ ਕਿਸੇ ਵੀ ਤੱਕੜੀ ਦੇ ਵਿੱਚ ਟੋਲਿਆ ਨਹੀਂ ਜਾ ਸਕਦਾ, ਉਹਦੀ ਕੋਈ ਕੀਮਤ ਅਦਾ ਨਹੀਂ ਹੋ ਸਕਦੀ। ਪਰ ਇਹ ਮੇਰਾ ਅੱਜ ਫਰਜ਼ ਹੈ ਕਿ ਮਾਈਕ ਦੇ ਅੱਗੇ ਖੜਾ ਹੋ ਕੇ ਮੈਂ ਪੰਜਾਬ ਸਰਕਾਰ ਵੱਲੋਂ ਲੈਸ ਲਾਇਕ ਕੁਲਦੀਪ ਸਿੰਘ ਦੇ ਪਰਿਵਾਰ ਲਈ 12 ਲੱਖ ਰੁਪਏ ਜਿਹੜਾ ਉਹ ਇਮਦਾਦ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਐਲਾਨ ਕਰਦਾ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਨੂੰ, ਉਹਨਾਂ ਨੂੰ ਯੋਗ ਸਰਕਾਰੀ ਮੁਲਾਜ਼ਮਤ ਜਿਹੜੀ ਹੈ ਉਹ ਪੰਜਾਬ ਸਰਕਾਰ ਦੇਊਗੀ। ਉਹਨਾਂ ਦੇ ਬੱਚੇ ਜਿੰਨਾ ਵੀ ਉਹ ਪੜ੍ਹਨ, ਉਹਨਾਂ ਦੀ ਫੀਸ ਜਿਹੜੀ ਹੈ ਉਹ ਪੰਜਾਬ ਸਰਕਾਰ ਅਦਾ ਕਰੂਗੀ। ਔਰ ਇਸ ਤੋਂ ਇਲਾਵਾ ਜਿੰਨਾ ਚਿਰ ਲੈਸ ਲਾਇਕ ਕੁਲਦੀਪ ਸਿੰਘ ਨੇ ਫੌਜ ਦੇ ਵਿੱਚ ਨੌਕਰੀ ਕਰਨੀ ਸੀ, ਫੌਜ ਜਿਹੜੀ ਹੈ ਉਹ ਤਨਖਾਹ ਜਿਹੜੀ ਹੈ ਉਹਨਾਂ ਨੂੰ ਪੂਰੀ ਹਰ ਮਹੀਨੇ ਉਹਨਾਂ ਨੂੰ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਆਏਗੀ। ਮੈਥੋਂ ਪਹਿਲਾਂ ਬੋਲਦਿਆਂ ਇਹ ਵੀ ਗੱਲ ਕਹੀ ਜਟਾਣਾ ਸਾਹਿਬ ਨੇ ਕਿ ਸਕੂਲ ਦਾ ਨਾਂ ਜਿਹੜਾ ਹੈ ਇਹ ਸ਼ਹੀਦ ਲੈਸ ਲਾਇਕ ਕੁਲਦੀਪ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਇਹਨੂੰ ਪੰਜਾਬ ਸਰਕਾਰ ਮਨਜ਼ੂਰ ਕਰਦੀ ਹੈ। ਇਹ ਵੀ ਗੱਲ ਕਹੀ ਗਈ ਕਿ ਮਾਤਾ ਜੀ ਦੇ ਨਾਂ ਤੇ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਜੇ ਇਹ ਮੁਨਾਸਿਬ ਸਮਝਦੇ ਆ, ਕੋਈ ਘਾਟੇ ਵਾਲਾ ਸੌਦਾ ਤਾਂ ਕਰਨਾ ਲੈਣ ਕਿ ਪੈਟਰੋਲ ਪੰਪਾਂ ਚੋਂ ਕੋਈ ਬਚਦਾ ਹੈ, ਗੈਸ ਏਜੰਸੀਆਂ ਚੋਂ ਕੋਈ ਬਚਦਾ ਹੈ। ਪਰ ਜੇ ਇਹਨਾਂ ਨੂੰ ਇਹ ਮਨਜ਼ੂਰ ਹੈ ਕਿ ਅਸੀਂ ਪੈਟਰੋਲ ਪੰਪ ਜਾਂ ਗੈਸ ਏਜੰਸੀ ਲੈਣੀ ਹੈ ਤਾਂ ਪੰਜਾਬ ਸਰਕਾਰ ਗੈਸ ਏਜੰਸੀ ਜਾਂ ਪੈਟਰੋਲ ਦਾ ਲਾਇਸੈਂਸ ਜਿਹੜਾ ਇਹਨਾਂ ਨੂੰ ਮੁਹੱਈਆ ਕਰਾਉਂਦਾ। ਇਸ ਤੋਂ ਇਲਾਵਾ ਪਿੰਡ ਕੌਰਿਆਣਾ ਵਾਸਤੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਇਆ ਲਾਇਬ੍ਰੇਰੀ ਫੌਰ ਲੈਸ ਲਾਇਕ ਕੁਲਦੀਪ ਸਿੰਘ ਦੇ ਨਾਂ ਤੇ
ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ 10 ਲੱਖ ਰੁਪਇਆ ਜਿਹੜਾ ਉਹ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਪਹੁੰਚ ਜਾਏਗਾ। ਇੱਕ ਮੋਟਰ ਦਾ ਕਨੈਕਸ਼ਨ ਜਿਹੜਾ ਕਿਹਾ ਮੋਟਰ ਦਾ ਕਨੈਕਸ਼ਨ ਦਿੱਤਾ ਜਾਏਗਾ। ਔਰ ਮੈਂ ਫਿਰ ਇਹ ਗੱਲ ਦੁਹਰਾਉਣਾ ਚਾਹਾਂਗਾ, ਹਾਲਾਂਕਿ ਮੈਂ ਅੱਜ ਕੋਈ ਢਿੱਲੀ ਗੱਲ ਜਿਹੜੀ ਹੈ ਇਹ ਸ਼ਹੀਦ ਦੇ ਭੋਗ 'ਤੇ ਨਹੀਂ।